ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਗਵਰਨਮੈਂਟ ਆਫ ਦਿੱਲੀ ਯਾਨੀ ਕਿ ਡੀਐਸਐਸਬੀ ਵਿੱਚ ਸਟਾਫ ਨਰਸ ਦੀਆਂ ਜਿਹੜੀਆਂ ਵੈਕੈਂਸੀਆਂ ਨਿਕਲਦੀਆਂ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਬਹੁਤ سارے ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਕਿ ਸਰ DSSB ਦੀ ஆன் ਰਜਿਸਟ੍ਰੇਸ਼ਨ ਆਪਾਂ ਕਿਵੇਂ ਕਰ ਸਕਦੇ ਆ ਉਹਨਾਂ ਦਾ ਐਗਜ਼ਾਮ ਹੋਊਗਾ ਤਾਂ ਉਹਦੇ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੁੰਦੀ ਆ ਸੋ ਆ ਦੇਖੋ ਪਹਿਲਾਂ ਤਾਂ ਆਪਾਂ ਤੁਹਾਨੂੰ ਜਿਹੜਾ ਇਹਨਾਂ ਨੇ 28 ਦਸੰਬਰ 2021 ਨੂੰ ਇੱਕ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਪੋਰਟਲ ਕਦੋਂ-ਕਦੋਂ ਓਪਨ ਹੋਣਗੇ ਆ ਦੇਖੋ ਦੇਖੋ ਜੀ ਆਪਣਾ ਦਾਵਾ 19 ਨੰਬਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਆ ਦੇਖੋ ਜੀ ਸਟਾਫ ਨਰਸ ਐਨ ਐਮ ਸਟਾਫ ਨਰਸ ਠੀਕ ਆ ਜੀ ਡੀ ਐਚ ਐਂਡ ਐਫ ਡਬਲਯੂ ਐਂਡ ਡੀ ਐਮ ਸੀ ਇਹ ਸਾਰਿਆਂ ਦੇ ਵਿੱਚ ਠੀਕ ਆ ਵੈਕੈਂਸੀਆਂ ਨੇ ਇਸ਼ੂ ਆਫ ਐਡਵਰਟਾਈਜ਼ਮੈਂਟ ਆਫ ਵੈਕੈਂਸੀ ਕੰਬਾਈਨਡ ਐਗਜ਼ਾਮ ਠੀਕ ਆ ਜੀ ਇਹ ਪੋਰਟਲ ਸੀ ਜਿਹੜਾ ਦੇਖੋ 1 2 2022 ਤੋਂ 5 2 2022 ਯਾਨੀ ਕਿ ਅੱਜ 4 ਤਰੀਕ ਹੋ ਗਈ ਵੀਡੀਓ ਬਣਾਉਣ ਲਈ ਮੈਂ ਥੋੜਾ ਲੇਟ ਹੋ ਗਿਆ ਉਹਦੇ ਲਈ ਸੌਰੀ ਸੋ ਅੱਜ 4 ਤਰੀਕ ਹੋ ਚੁੱਕੀ ਆ ਸੋ ਇਹ ਹਲੇ ਵੈਸੇ ਓਪਨ ਤਾਂ ਹੋਇਆ ਨਹੀਂ ਮੇਰੇ ਹਿਸਾਬ ਨਾਲ ਸ਼ਾਇਦ ਡੇਟ ਚੇਂਜ ਹੋ ਜਾਵੇ ਕੰਡਕਟ ਟੂ ਐਗਜ਼ਾਮ ਆ ਜਿਹੜਾ ਇਹ 15 ਜਾਂ 31 5 2022 ਤੱਕ ਹੋ ਸਕਦਾ ਠੀਕ ਹੈ ਜੀ ਸੋ ਇਹ ਆਪਾਂ ਰਜਿਸਟਰ ਕਿੱਦਾਂ ਹੋਣਾ ਜਦੋਂ ਵੀ ਪੋਰਟਲ ਓਪਨ ਹੋਊਗਾ ਇਹ ਸਾਈਟ ਥੋੜੀ ਬਿਜ਼ੀ ਰਹਿੰਦੀ ਆ ਉਹਨਾਂ ਨੇ ਇੱਕ ਅਲੱਗ ਲਿੰਕ ਦਿੱਤਾ ਹੋਇਆ ਵਾ ਉਹ ਮੈਂ ਤੁਹਾਨੂੰ ਸਾਰਾ ਕੁਝ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਐਂਡ ਤੱਕ ਵੀਡੀਓ ਦੇਖਿਓ ਮੈਂ ਸਾਰਾ ਕੁਝ ਤੁਹਾਨੂੰ ਤੁਹਾਡੇ ਸਾਹਮਣੇ ਕਰਕੇ ਦਿਖਾਉਂਗਾ ਕਿੱਦਾਂ-ਕਿਦਾਂ ਤੁਸੀਂ ਰਜਿਸਟ੍ਰੇਸ਼ਨ ਕਰਨੀ ਆ ਠੀਕ ਆ ਜੀ ਸੋ ਉਸ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਵੋ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਸਕੇ ਸੋ ਜਿੰਨੀ ਕੁ ਮੈਨੂੰ ਖੁਦ ਨੂੰ ਨੌਲੇਜ ਹੁੰਦੀ ਆ ਮੈਂ ਉਸ ਦੇ ਅਕੋਰਡਿੰਗ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣਾ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਬੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਵਾਂ ਸੋ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਚੱਲਦੇ ਹਾਂ Google ਤੇ ਠੀਕ ਆ ਜੀ ਇਹ ਸੱਚ ਇੱਕ ਮੈਂ ਦੱਸਣਾ ਭੁੱਲ ਗਿਆ ਇਹਦੇ ਨਾਲ ਹੀ ਆ ਦੇਖੋ ਜਿਹੜਾ ਲੈਬ ਟੈਕਨੀਸ਼ੀਅਨਸ ਨੇ ਉਹਨਾਂ ਦਾ ਵੀ ਤੁਸੀਂ ਦੇਖ ਸਕਦੇ ਹੋ 1 3 2 ਯਾਨੀ ਨੈਕਸਟ ਮੰਥ ਇਹਨਾਂ ਦਾ ਵੀ ਹੋਊਗਾ ਠੀਕ ਆ ਜੀ ਪੋਰਟਲ ਓਪਨ ਸਾਰੇ ਨੇ ਦੇਖੋ ਫਾਰਮ ਇਸ ਟੈਸਟ ਜਿੰਨੀਆਂ ਵੀ ਇਹ ਵੈਕੈਂਸੀਆਂ ਇਹ PDF ਮੈਂ ਤੁਹਾਨੂੰ ਪਾ ਦੂੰਗਾ ਇਹ ਡੇਟਾ ਤੁਸੀਂ ਨਾ ਨੋਟ ਕਰ ਲੈਣੀਆਂ ਨੇ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਹਾਂ Google ਤੇ ਸੋ ਠੀਕ ਹੈ ਜੀ ਜਿਵੇਂ ਤੁਸੀਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ Chrome ਬ੍ਰਾਊਜ਼ਰ 'ਚ ਆ ਗਏ ਆ Chrome ਬ੍ਰਾਊਜ਼ਰ ਦੇ ਆਪਾਂ Google ਤੇ ਤੁਸੀਂ D S S S, -S B ਠੀਕ ਹੈ ਜੀ ਇਹ ਟਾਈਪ ਕਰਨਾ ਨੀਤੇ ਆ ਜਾਊਗਾ ਦੇਖੋ ਸੈਕਿੰਡ ਨੰਬਰ ਤੇ ਆ ਗਿਆ ਜੀ ਆ ਆ ਦੇਖੋ ਜੀ ਆ ਗਿਆ ਠੀਕ ਆ D S S B ਦਿੱਲੀ ਸਰਵਿਸ ਸਿਲੈਕਸ਼ਨ ਬੋਰਡ ਠੀਕ ਹੈ ਜੀ ਇਸ ਤੇ ਆਪਾਂ ਤੁਸੀਂ ਕਲਿੱਕ ਕਰ ਦੇਣਾ ਹੋਵੇਗਾ ਠੀਕ ਆ ਨਾਲ ਹੀ ਤੁਹਾਡੇ ਸਾਹਮਣੇ ਦੇਖੋ ਇਨਾਂ ਦੀ ਸਾਈਟ ਖੁੱਲ ਜੂਗੀ ਠੀਕ ਹੈ ਜੀ ਆਹ ਫਰਸਟ ਸਾਈਟ ਤਾਂ ਇਹਨਾਂ ਦੀ ਖੁੱਲ ਗਈ ਦਿੱਲੀ ਸਰਵ ਸਰਵ ਸਿਲੈਕਸ਼ਨ ਬੋਰਡ ਠੀਕ ਹੈ ਇਹ ਥੋੜੀ ਜੀ ਮੁਸ਼ਕਿਲ ਨਾਲ ਖੁੱਲਦੀ ਆ ਬਟ ਇਸ ਟਾਈਮ ਤਾਂ ਖੁੱਲ ਜੂਗੀ ਦਿਨੇ ਥੋੜੀ ਔਖੀ ਖੁੱਲਦੀ ਹੁੰਦੀ ਆ ਆ ਦੇਖੋ ਇਹਨਾਂ ਨੇ ਸਾਰਾ ਕੁਝ ਇੱਥੇ ਦਿੱਤਾ ਹੋਇਆ ਆ ਦੇਖੋ ਲਿੰਕ ਫਾਰ ਆਨਲਾਈਨ ਐਪਲੀਕੇਸ਼ਨ ਰਜਿਸਟ੍ਰੇਸ਼ਨ ਸਿਸਟਮ ਠੀਕ ਹੈ ਜੀ ਰਜਿਸਟ੍ਰੇਸ਼ਨ ਸਿਸਟਮ OARS ਤੇ ਜਾ ਕੇ ਆਪਾਂ ਰਜਿਸਟਰ ਕਰ ਸਕਦੇ ਆ ਠੀਕ ਆ ਜੀ ਸੋ ਇੱਥੇ ਇਹ ਓਪਨ ਨਹੀਂ ਹੋਣਾ ਦੇਖੋ ਆਪਾਂ ਕਲਿੱਕ ਕੀਤਾ ਦਾ ਲਿੰਕ ਵਿਲ ਟੇਕ ਯੂ ਐਨ ਐਕਸਟਰਨਲ ਵੈਬਸਾਈਟ ਠੀਕ ਆ ਜੀ ਸੋ ਇੱਥੇ ਇਹ ਓਪਨ ਨਹੀਂ ਹੋਣਾ ਸੋ ਇਸ ਕਰਕੇ ਆਪਾਂ ਇੱਥੋਂ ਬੈਕ ਆ ਜਾਨੇ ਆ ਠੀਕ ਆ ਬੈਕ ਆ ਗਏ ਠੀਕ ਆ ਜੀ ਆ ਦੇਖੋ ਇੱਥੇ ਇਹਦੇ ਨਾਲ ਹੀ ਆਪਾਂ ਥੱਲੇ ਸਕਰੋਲ ਕਰਨਾ ਵਾ ਆ ਦੇਖੋ ਆਪਸ਼ਨ ਆ ਗਿਆ ਨਾ ਜੀ ਆ ਦੇਖੋ ਡੀ ਐਸ 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 ਵੀ ਆਨਲਾਈਨ ਠੀਕ ਆ ਜੀ ਤੇ ਇਹਦੇ ਤੇ ਆਪਾਂ ਕਲਿੱਕ ਕਰ ਦੇਣਾ ਆ ਦੇਖੋ ਓਪਨ ਹੋ ਗਿਆ ਨਾ OARS ਠੀਕ ਆ ਜੀ ਓਪਨ ਹੋ ਗਿਆ ਨਾ ਤੇ ਇੱਥੇ ਆਪਾਂ ਰਜਿਸਟ੍ਰੇਸ਼ਨ ਕਰਨੀ ਆ ਠੀਕ ਆ ਜੀ ਜਿਹੜੇ ਬੱਚਿਆਂ ਨੇ ਤਾਂ ਕੀਤੀ ਹੋਈ ਆ ਰਜਿਸਟ੍ਰੇਸ਼ਨ ਉਹਨਾਂ ਨੇ ਤਾਂ ਸੈਕੰਡ ਨੰਬਰ ਤੇ ਕਲਿਕ ਟੂ ਸਾਈਨ ਇਨ ਤੇ ਕਲਿਕ ਕਰਕੇ ਠੀਕ ਆ ਤੇ ਆਪਣੀ ਲੌਗਇਨ ਆਈਡੀ ਤੇ ਪਾਸਵਰਡ ਭਰ ਕੇ ਲੌਗਇਨ ਕਰ ਲੈਣਾ ਜਿਹੜੇ ਨਵੇਂ ਬੱਚੇ ਆ ਜਿਹੜੇ ਨਹੀਂ ਰਜਿਸਟ੍ਰੇਸ਼ਨ ਕੀਤੀ ਹੋਈ ਉਹਨਾਂ ਨੇ ਆ ਦੇਖੋ ਕਲਿਕ ਟੂ ਨਿਊ ਰਜਿਸਟ੍ਰੇਸ਼ਨ ਤੇ ਕਲਿਕ ਕਰਨਾ ਠੀਕ ਆ ਜੀ ਅੱਗੇ ਆ ਪੇਜ ਓਪਨ ਹੋ ਜਾਊਗਾ ਠੀਕ ਹੈ ਜੀ ਆ ਦੇਖੋ ਅੱਗੇ ਨੇਮ ਆਫ ਦਾ ਐਪਲੀਕੈਂਟ ਰੀਐਂਟਰ ਨੇਮ ਡੇਟ ਆਫ ਬਰਥ ਮਤਲਬ ਸਾਰਾ ਜਿੰਨਾ ਵੀ ਆਹ ਆਪਣੀ ਕਟ ਆਹ ਹੁੰਦਾ ਵਾ ਠੀਕ ਆ ਇੰਟਰ ਰੋਲ ਨੰਬਰ ਰੋਲ ਨੰਬਰ ਆਫ ਕਲਾਸ ਠੀਕ ਆ ਰੀਐਂਟਰ ਜੈਂਡਰ ਫਾਦਰ ਨੇਮ ਠੀਕ ਆ ਜੀ ਸਾਰੇ ਮਤਲਬ 10ਵੀਂ ਦਾ ਰੋਲ ਨੰਬਰ ਸਾਰੇ ਜਿੰਨੇ ਜਿਹੜੀ ਜਿਹੜੀ ਕਲਾਸ ਦੇ ਰੋਲ ਨੰਬਰ ਮੰਗਿਆ ਸਨ ਮੰਗਿਆ ਇਹ ਸਾਰੀ ਡਿਟੇਲ ਤੁਸੀਂ ਫਿਲ ਕਰਨੀ ਹੋਵੇਗੀ ਠੀਕ ਆ ਇਦਾਂ ਹੀ ਸਾਰਾ ਕੁਝ ਆ ਗੈਟ OTP ਤੁਸੀਂ ਰਜਿਸਟਰ ਹੋ ਜਾਓਗੇ ਠੀਕ ਆ ਆਧਾਰ ਨੰਬਰ ਨੀਚੇ ਆ ਸਾਰੀ ਡਿਟੇਲ ਆ ਜਿਹੜੀ ਹਨਾ ਆਧਾਰ ਨੰਬਰ ਰੀਐਂਟਰ ਆਧਾਰ ਨੰਬਰ ਨੇਮ ਆਧਾਰ ਹਨਾ ਠੀਕ ਆ ਇਹ ਜਿੰਨੀ ਵੀ ਡਿਟੇਲ ਆ ਹਨਾ ਇਹ ਸਾਰੀ ਤੁਸੀਂ ਫਿਲ ਕਰਕੇ ਠੀਕ ਆ ਪ੍ਰੀਵਿਊ ਜ਼ਰੂਰ ਕਰ ਲਿਓ ਇੱਕ ਵਾਰੀ ਠੀਕ ਆ ਆ ਪ੍ਰੀਵਿਊ ਦਾ অপਸ਼ਨ ਆ ਆ ਦੇਖੋ ਇਹ ਸਾਰਾ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਪ੍ਰੀਵਿਊ ਜ਼ਰੂਰ ਕਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਜੀ ਸਬਮਿਟ ਕਰ ਦੇਣਾ ਹੋਵੇਗਾ ਠੀਕ ਆ ਅੱਗੇ ਜੋ ਜੋ ਵੀ ਹੋਵੇਗਾ ਪ੍ਰੋਸੈਸ ਉਹ ਤੁਹਾਨੂੰ ਨਾਲ ਦੀ ਨਾਲ ਪਤਾ ਲੱਗੀ ਜਾਊਗਾ ਕਿਉਂਕਿ ਮੈਂ ਤਾਂ ਰਜਿਸਟਰ ਨਹੀਂ ਹੈਗਾ ਤੇ ਨਾ ਹੀ ਤੇ ਇਸ ਕਰਕੇ ਮੈਂ ਅੱਗੇ ਨਹੀਂ ਪ੍ਰੋਸੈਸ ਕਰ ਸਕਦਾ ਸੋ ਤੁਸੀਂ ਅੱਗੇ ਜਿਵੇਂ ਵੀ ਪ੍ਰੋਸੈਸ ਹੋਊਗਾ ਸਾਰਾ ਕਰਕੇ ਜਿਹੜਾ ਜਿਹੜਾ ਡਾਕੂਮੈਂਟ ਤੁਹਾਤੋਂ ਅਪਲੋਡ ਕਰਨ ਨੂੰ ਮੰਗਣਗੇ ਉਹ ਅਪਲੋਡ ਕਰਕੇ ਤੁਸੀਂ ਇਸ ਤਰ੍ਹਾਂ ਰਜਿਸਟਰ ਹੋ ਸਕਦੇ ਹੋ ਇਹ ਕਮੈਂਟ ਸੈਕਸ਼ਨ 'ਚ ਕਾਫੀ ਬੱਚੇ ਕਮੈਂਟ ਕਰ ਰਹੇ ਸੀ ਕਿ ਕਿ ਅਸੀਂ ਕਿੱਦਾਂ ਰਜਿਸਟਰ ਹੋ ਸਕਦੇ ਹਾਂ ਸੋ ਇਸ ਕਰਕੇ ਮੈਂ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਉਮੀਦ ਹੈ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਸੋ ਜੇ ਇਨਫੋਰਮੇਸ਼ਨ ਵਧੀਆ ਲੱਗਦੀ ਹੁੰਦੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਨਾਲ ਮੋਟੀਵੇਸ਼ਨ ਮਿਲਦੀ ਆ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਨਵੀਂ ਇਨਫੋਰਮੇਸ਼ਨ ਦੇ ਨਾਲ ਨਵੀਂ ਅਪਡੇਟ ਲੈ ਕੇ ਨਵੀਂ ਵੀਡੀਓ ਦੇ ਵਿੱਚ ਸੋ ਜੁੜੇ ਰਹੋ ਚੈਨਲ ਦੇ ਨਾਲ ਐਦਾਂ ਹੀ ਪਿਆਰ ਦਿੰਦੇ ਰਹੋ ਚੈਨਲ ਨੂੰ ਸੋ ਮਿਲਦੇ ਆ ਨਵੀਂ ਵੀਡੀਓ 'ਚ ਜਿਨ੍ਹਾਂ ਨੇ ਹਾਲੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲੋ ਜੀ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਲ ਹੀ ਰਿਕਵੈਸਟ ਹੈ ਆਪਣਾ ਟੈਲੀਗ੍ਰam ਚੈਨਲ ਆ ਜਿਹੜਾ ਉਸ ਨੂੰ ਜ਼ਰੂਰ ਜੁਆਇਨ ਕਰ ਲਓ ਉਸ 'ਚ ਆਪਾਂ ਸਾਰੀਆਂ ਪੀਡੀਐਫਾਂ ਪ੍ਰੋਵਾਈਡ ਕਰਵਾਉਂਦੇ ਆ ਸੋ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਨਵੀਂ ਵੀਡੀਓ ਚ